ਉਸਤਾਦ ਨਾਮ ਤੋਂ ਇੰਡਸਟਰੀ ਵਿੱਚ ਜਾਣੇ ਜਾਣ ਵਾਲੇ ਯਾਨੀ ਕਿ ਬੱਬੂ ਮਾਨ ਜੋ ਇੰਡਸਟਰੀ ਵਿੱਚ ਕਾਫੀ ਸਮੇਂ ਤੋਂ ਐਕਟਿਵ ਨੇ, ਇਹ ਆਪਣੀ ਇੱਕ ਨਵੀਂ ਮੂਵੀ ਲੈ ਕੇ ਆ ਰਹੇ ਨੇ। ਇਸ ਮੂਵੀ ਦਾ ਇੱਕ ਪੋਸਟਰ ਵੀ ਸ਼ੇਅਰ ਕੀਤਾ ਗਿਆ ਹੈ। ਇਸ ਮੂਵੀ ਦਾ ਨੇਮ ਹੈ ਬਸ ਛੱਡ ਦੇਣੀ ਹੈ। ਪੋਸਟਰ ਤੇ ਨੇਮ ਲਿਖਿਆ ਹੈ ਤੇ ਥੱਲੇ ਇੱਕ ਨਲਕਾ ਜਿੱਥੇ ਇੱਕ ਇਨਸਾਨ ਨਾਲੇ ਪਾਣੀ ਪੀ ਰਿਹਾ ਹੈ ਨਾਲੇ ਸ਼ਰਾਬ। ਇਹ ਹੋਰ ਕੋਈ ਇਨਸਾਨ ਨਹੀਂ, ਇਹ ਖੁਦ ਬੱਬੂ ਮਾਨ ਨੇ। ਇਹਨਾਂ ਦੇ ਇਲਾਵਾ ਅਜੇ ਬਾਕੀ ਸਟਾਰ ਕਾਸਟ ਰਿਵੀਲ ਨਹੀਂ ਕੀਤੀ ਗਈ। ਜੇ ਗੱਲ ਕੀਤੀ ਜਾਏ ਕਹਾਣੀ ਦੇ ਬਾਰੇ ਤੇ ਇਹ ਮੂਵੀ ਦੀ ਕਹਾਣੀ ਇੱਕ ਸ਼ਰਾਬੀ ਤੇ ਬੇਸਡ ਹੋ ਸਕਦੀ ਹੈ। ਜੇ ਗੱਲ ਕਰੀਏ ਇਸ ਮੂਵੀ ਦੇ ਰਾਈਟਰ ਡਾਇਰੈਕਟਰ ਬਾਰੇ ਤੇ ਇਸ ਮੂਵੀ ਨੂੰ ਅਮਰਦੀਪ ਸਿੰਘ ਨੇ ਹੀ ਲਿਖਿਆ ਹੈ ਤੇ ਉਹੀ ਇਸ ਮੂਵੀ ਨੂੰ ਡਾਇਰੈਕਟ ਕਰਨਗੇ। ਉਹਨਾਂ ਦੀ ਕੰਪਨੀ ਅਮਰਦੀਪ ਸਿੰਘ ਪ੍ਰੋਡਕਸ਼ਨ ਵੱਲੋਂ ਇਹ ਮੂਵੀ ਪ੍ਰੈਜ਼ੈਂਟ ਕੀਤੀ ਜਾਊਗੀ। ਜੇ ਗੱਲ ਕਰੀਏ ਇਸ ਮੂਵੀ ਦੇ ਪ੍ਰੋਡਿਊਸਰ ਬਾਰੇ ਤੇ ਇਸ ਮੂਵੀ ਨੂੰ ਧਰਮਿੰਦਰ ਕਪੂਰੀ ਸ਼ਾਨ, ਸ਼ਾਹ ਜੰਦਿਆਲੀ, DR ਬੰਟੀ ਵੱਲੋਂ ਇਹ ਮੂਵੀ ਪ੍ਰੋਡਿਊਸ ਕੀਤੀ ਜਾਊਗੀ। ਜੇ ਗੱਲ ਕਰੀਏ ਇਸ ਮੂਵੀ ਦੀ ਰਿਲੀਜ਼ ਡੇਟ ਬਾਰੇ ਤਾਂ ਅਜੇ ਕੋਈ ਰਿਲੀਜ਼ ਡੇਟ ਕਨਫਰਮ ਨਹੀਂ ਕੀਤੀ ਗਈ, ਪਰ ਇਹ ਮੂਵੀ ਸਾਨੂੰ ਇਸੇ ਸਾਲ ਹੀ ਦੇਖਣ ਨੂੰ ਮਿਲੂਗੀ। ਤੇ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ।